ਜਿਹੜੀਆਂ ਆਪਣੇ ਨਜਾਇਜ਼ ਕਲੋਨੀਆਂ ਦੇ ਸੰਬੰਧ ਵਿੱਚ ਮੈਨੂੰ ਡੇਲੀ ਅਖਬਾਰਾਂ 'ਚ ਵੀ ਪੜ੍ਹਨ 'ਤੇ ਪਤਾ ਲੱਗਦਾ, ਪਹਿਲਾਂ ਵੀ ਲੱਗਿਆ ਸੀ, ਪਹਿਲਾਂ ਵੀ ਅਸੀਂ ਦੋ ਕਲੋਨੀਆਂ 'ਤੇ ਪ੍ਰੋਫੈਸਰ ਕਲੋਨੀ ਦੇ ਵਿੱਚ ਜਿਹੜੀਆਂ ਅਣਅਧਿਕਾਰਤ ਬਣ ਰਹੀਆਂ ਸੀ ਕਾਰਵਾਈ ਕੀਤੀ ਗਈ ਸੀ। ਹੁਣ ਵੀ ਪਤਾ ਲੱਗਿਆ ਸੀ ਵੀ ਹੋਰ ਵੀ ਕਲੋਨੀਆਂ ਬਣ ਰਹੀਆਂ ਨੇ। ਅੱਜ ਮੈਨੂੰ ਜਿਹੜੇ ਬੰਦੇ ਮੈਂ ਆਪਣੇ ਸਟਾਫ ਨੂੰ ਭੇਜਿਆ ਸੀ ਉਹਨਾਂ ਵੱਲੋਂ ਦੱਸਿਆ ਗਿਆ ਵੀ 3 ਕਲੋਨੀਆਂ 'ਤੇ ਕਾਰਵਾਈ ਕਰਕੇ ਆਏ ਨੇ, ਅਤੇ ਬਾਕੀ ਜੋ ਹੈਗੀਆਂ ਮੇਰੇ ਕੋਲ ਤਕਰੀਬਨ 6 ਦੀ ਲਿਸਟ ਹੈ, ਜਿਹੜੀ ਬਾਕੀ ਬਚਦੀਆਂ ਨੇ ਉਹਨਾਂ 'ਤੇ ਵੀ ਨਿਰੰਤਰ ਅਗਲੀ ਵਾਰ ਵੀ ਕਾਰਵਾਈ। ਕਿਉਂ ਇਸ ਲਈ ਮੇਰੀ ਲੋਕਾਂ ਨੂੰ ਮੈਂ ਅਪੀਲ ਕਰਦਾ ਵਾਂ ਵੀ ਕੋਈ ਵੀ ਜਿਹੜਾ ਨਜਾਇਜ਼ ਕਲੋਨੀ ਵਾਲਿਆਂ ਨਾਲ ਕੰਸਰਨ ਨਾ ਰੱਖਿਆ ਜਾਵੇ। ਜੋ ਕਿਸੇ ਕਿਸਮ ਨੂੰ ਉਹਨਾਂ ਨੂੰ ਵਾਰਨਿੰਗ ਵੀ ਦਿੰਦਾ ਨਜਾਇਜ਼ ਕਲੋਨੀ ਕੱਟਣ ਵਾਲਿਆਂ ਨੂੰ ਵੀ ਜੋ ਕੋਈ ਨਜਾਇਜ਼ ਕਲੋਨੀ ਕੱਟੀ ਤਾਂ ਸਾਡੇ ਵੱਲੋਂ ਹਰ ਸੰਭਵ ਜੋ ਮੌਜੂਦਾ ਬਣਦੀ ਕਾਰਵਾਈ ਕੀਤੀ ਜਾਊਗੀ। ਉਹ ਵੀ ਕੀਤੀ ਆ, ਉਸ ਦਿਨ ਵੀ ਕਰਕੇ ਆਏ ਸੀ ਅਸੀਂ, ਸੀਵਰੇਜ ਤੋੜਤਾ ਸੀ ਜਿਹੜਾ ਸਾਡੀ ਕਮੇਟੀ ਦੇ ਨਾਲ ਜਾਇਆ। ਬਾਕੀ ਜਿਹੜਾ ਤੁਸੀਂ ਕੋਈ ਸਾਡੇ ਧਿਆਨ 'ਚ ਆਊਗਾ ਅਸੀਂ ਉਹਦੇ ਰੂਲ ਅਨੁਸਾਰ ਕਾਰਵਾਈ ਕਰਾਂਗੇ। ਸਤੀਸ਼ ਸ਼ਰਮਾ, ਕਿਆ ਹੁੰਦਾ ਤੁਹਾਡੇ ਕੋਲ? ਸਰ ਮੈਂ RTI ਸੈੱਲ ਪੰਜਾਬ ਕਿਸਾਨ ਮੋਰਚੇ ਦਾ BJP ਦਾ ਸਟੇਟ ਦਾ ਪ੍ਰਧਾਨ ਹਾਂ, ਪ੍ਰਮੁੱਖ ਹਾਂ। ਖੰਨਾ ਦੇ ਵਿੱਚ ਨਜਾਇਜ਼ ਕਲੋਨੀਆਂ ਜਿਹੜੀਆਂ ਬਣ ਰਹੀਆਂ ਨੇ, ਕੀ ਕਹਿਣਾ ਚਾਹੁੰਦੇ ਹੋ? ਸਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਕਾਂਗਰਸ ਦੀ ਸਰਕਾਰ ਹੈ ਪਿਛਲੇ ਸਾਲ ਵੀ, ਪਿਛਲੀ ਮੈਨੇਜ ਮਤਲਬ ਸਾਰੀ ਕਮੇਟੀ ਦੇ ਵਿੱਚ ਕਾਬਜ਼ ਸੀ ਕਾਂਗਰਸ ਪਾਰਟੀ ਹੀ ਸੀ, ਉਦੋਂ ਵੀ ਮੈਂ ਬਹੁਤ ਜ਼ਿਆਦਾ ਇਹਦੇ ਮੁੱਦੇ ਉਠਾਏ ਨੇ ਅਤੇ ਦੱਸਿਆ, ਅਤੇ ਇਸ ਵਾਰ ਵੀ ਹੁਣ ਆਇਆ ਵੀ ਜਦੋਂ ਨਵੀਂ ਪਾਰਟੀ ਇੱਥੇ ਮਤਲਬ ਕਾਂਗਰਸ ਦੇ ਪ੍ਰਧਾਨ ਵਾਈਸ ਪ੍ਰਧਾਨ ਜਾਂ ਹੋਰ ਬਣ ਗਿਆ, ਇਹਦੇ ਵਿੱਚ ਵੀ ਕਰੋੜਾਂ ਰੁਪਈਏ ਦੇ ਹੇਰ ਫੇਰ ਦੇ ਨਾਲ ਡੀਲਿੰਗਾਂ ਹੋ ਕੇ ਨਜਾਇਜ਼ ਕਲੋਨੀਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਸਰਕਾਰੀ ਫੰਡਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ, ਜਿਹਦੇ ਬਾਰੇ ਕੋਈ ਵੀ ਅਧਿਕਾਰੀ ਕੋਈ ਵੀ ਨਹੀਂ ਸੋਚ ਰਿਹਾ ਹੈਗਾ। ਇਸ ਸੰਬੰਧੀ ਮੈਂ ਪਹਿਲਾਂ ਵੀ ਆਵਾਜ਼ ਉਠਾਈ ਹੈ, ਅਖਬਾਰਾਂ ਵਿੱਚ ਵੀ ਰੱਖਿਆ। ਇਸ ਤੋਂ ਪਹਿਲਾਂ ਜਿਹੜੇ EO ਸਾਹਿਬ ਹੁੰਦੇ ਸੀਗੇ ਰਣਵੀਰ ਸਿੰਘ ਜੀ, ਉਦੋਂ ਵੀ ਮੈਂ ਦੱਸਿਆ ਵੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਘੁਟਾਲੇ ਕੀਤੇ, ਉਹਨਾਂ ਦੀਆਂ ਸ਼ਿਕਾਇਤਾਂ ਮੇਰੀਆਂ ਅੱਜ ਤੱਕ ਵੀ ਚੱਲ ਰਹੀਆਂ ਨੇ। ਪਰ ਜਿਹੜਾ ਸਰਕਾਰੀ ਪ੍ਰਸ਼ਾਸਨ ਹੈ, ਕੁਛ ਕਰੋਨਾ ਕਾਲ ਕਰਕੇ ਸ਼ਿਕਾਇਤਾਂ ਬਹੁਤ ਪੈਂਡਿੰਗ ਚੱਲ ਰਹੀਆਂ ਨੇ, ਅਤੇ ਉਹਨਾਂ 'ਤੇ ਕਾਰਵਾਈਆਂ ਹੋਣੀਆਂ ਯਕੀਨੀ ਹੀ ਹੈ। ਜੇਕਰ ਇਹ ਆਵਾਜ਼ ਨਾ ਆਏ ਫਿਰ ਕਿਆ ਅਗਲੀ ਕਾਰਵਾਈ ਹੋਈ? ਸਰ ਜੇ ਆਵਾਜ਼ ਨਹੀਂ ਆਉਂਦੇ, ਜਿਹੜੇ ਮੈਂ RTI ਥਰੂ ਡਾਕੂਮੈਂਟਸ ਪ੍ਰਾਪਤ ਕਰ ਰਿਹਾ ਜੋ ਟੈਂਡਰਾਂ ਦੇ ਨੇ, ਪਿੱਛੇ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ 28 ਕਰੋੜ ਦੇ ਟੈਂਡਰ ਲੱਗੇ ਸੀ ਖੰਨੇ ਦੇ, ਉਹਦੇ ਵਿੱਚੋਂ ਮੈਂ ਸ਼ਿਕਾਇਤਾਂ ਜਦੋਂ ਪਾਈਆਂ ਤਾਂ 10 ਕਰੋੜ ਦੇ ਟੈਂਡਰ ਤਕਰੀਬਨ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਸੀ। ਹੁਣ ਵੀ ਜਿਹੜੇ 18 ਕਰੋੜ ਦੇ ਟੈਂਡਰ ਰਹਿੰਦੇ ਨੇ, ਇਹਦੇ ਵਿੱਚ ਇਹ ਸੁਣਨ 'ਚ ਆ ਰਿਹਾ ਹੈ ਵੀ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਹੈ ਉਹ ਵੱਡੇ ਠੇਕੇਦਾਰਾਂ ਨਾਲ ਪੂਲ ਕਰਕੇ ਜਾਂ ਆਪਸੀ ਮਿਲੀਭੁਗਤ ਕਰਕੇ ਉਹਨਾਂ ਦੇ ਦਫ਼ਤਰਾਂ ਦੇ ਵੀ ਬੈਠ ਕੇ ਸੈਟਿੰਗਾਂ ਕਰਦੇ ਨੇ, ਆਪਣਾ ਕਮਿਸ਼ਨ ਤਾਂ ਪ੍ਰਾਪਤ ਕਰ ਲੈਂਦੇ, ਉੱਥੇ ਬੈਠੇ ਹੀ ਰਿਪੋਰਟਾਂ ਤਿਆਰ ਕਰ ਰਹੇ ਵੀ ਕੰਮ ਹੋਇਆ ਚਾਹੇ ਨਹੀਂ ਹੋਇਆ। ਇਸ ਸੰਬੰਧੀ ਨਹੀਂ, ਇਹ ਬਹੁਤ ਦੁਖਦਾਈ ਗੱਲ ਹੈ ਕਿ ਜਿਹੜੇ ਪਬਲਿਕ ਦੇ ਜਾਂ ਸਰਕਾਰੀ ਫੰਡਾਂ ਦੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ, ਜਿਸ ਸੰਬੰਧੀ ਆਵਾਜ਼ ਉਠਾਉਣੀ ਕਿਸੇ ਨਾ ਕਿਸੇ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਜਲਦੀ ਹੀ ਇਹ 'ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਮੈਨੂੰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਰਵੱਜਾ ਕਰਨਾ ਪਏਗਾ ਇਨਸਾਫ ਲਈ। ਜਿਹੜੀਆਂ ਖੰਨੇ 'ਚ ਨਜਾਇਜ਼ ਕਲੋਨੀਆਂ ਟਰੇਸ ਹੋਈਆਂ ਨੇ, 5 ਤੋਂ 6 ਕਲੋਨੀਆਂ ਟਰੇਸ ਹੋਈਆਂ ਨੇ, ਅਤੇ ਮੈਂ ਇਹੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਅਤੇ ਕਮੇਟੀ ਨੂੰ ਅਤੇ ਪ੍ਰਧਾਨ ਨੂੰ ਵਾਈਸ ਪ੍ਰਧਾਨ ਨੂੰ ਕਿ ਜਿਹੜੀ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਸ਼ਹਿਰ ਦਾ ਕਮੇਟੀ ਦਾ ਪੈਸਾ ਜਿਹੜਾ ਉੱਥੇ ਪੈਸਾ ਕਮੇਟੀ ਨੂੰ ਆਉਣਾ ਉਹ ਨਜਾਇਜ਼ ਕਿਸੇ ਜੇਬਾਂ ਜਾਣ ਨਾਲੋਂ ਕਮੇਟੀ 'ਚ ਆਵੇ ਅਤੇ ਜਿਹੜਾ ਕਮੇਟੀ ਦਾ ਜਿਹੜਾ ਨੁਕਸਾਨ ਨਾ ਹੋਵੇ, ਆਰਥਿਕ ਜਿਹੜੀ ਉਹਦੀ ਵਿਵਸਥਾ ਉਹ ਖਰਾਬ ਨਾ ਹੋਵੇ, ਅਤੇ ਜਿਹੜਾ ਲੋਕਾਂ ਨੂੰ ਮੈਸੇਜ ਸਹੀ ਜਾਵੇ ਕਿ ਆਪਾਂ ਸ਼ਹਿਰ ਦੀ ਤਰੱਕੀ ਵੱਲ ਨੂੰ ਚੱਲ ਰਹੇ ਹਾਂ ਕਿ ਨਾ ਕਿ ਘਪਲੇਬਾਜ਼ੀ ਨੂੰ ਚੱਲ ਰਹੇ, ਨਹੀਂ ਤਾਂ ਇਹ ਬਹੁਤ ਗਲਤ ਮੈਸੇਜ ਆ। ਜਿਹੜਾ ਕਲੋਨੀਆਂ ਨਜਾਇਜ਼ ਕੱਟੀਆਂ ਜਾ ਰਹੀਆਂ ਨੇ, ਕਿਹਦੀ ਸ਼ਹਿਰ 'ਤੇ ਕੱਟੀਆਂ ਜਾ ਰਹੀਆਂ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਅਤੇ ਉੱਥੇ ਪਿੱਛੇ ਮੈਨੂੰ EO ਸਾਹਿਬ ਨੇ ਦੱਸਿਆ ਵੀ ਸੀ, ਅਸੀਂ ਬੋਰਡ ਲਾਏ ਸੀ ਲਲਈ ਰੋਡ ਵਾਲੀ ਕਲੋਨੀ 'ਤੇ, ਉੱਥੇ ਬੋਰਡ ਪੱਟੇ ਗਏ, ਕਿ ਮਤਲਬ ਕਮੇਟੀ ਨੂੰ ਕੁਝ ਸਮਝਿਆ ਨਹੀਂ ਗਿਆ। ਜਿਹੜਾ ਉੱਥੇ ਭੂ ਮਾਫੀਆ ਹੈਗਾ ਉਹ ਕਮੇਟੀ ਨੂੰ ਨੁਕਸਾਨ ਦੇ ਰਿਹਾ, ਬੋਰਡ ਪੱਟੇ ਗਏ। ਮੈਂ EO ਸਾਹਿਬ ਨੂੰ ਅੱਜ ਬੇਨਤੀ ਵੀ ਕੀਤੀ ਸੀਗੀ, ਪ੍ਰਧਾਨ ਜੀ ਨੂੰ ਵੀ ਕੀਤੀ ਸੀਗੀ ਕਿ ਉੱਥੇ ਕੋਈ ਨਾ ਕੋਈ ਉਹਦਾ ਐਕਸ਼ਨ ਲਿੱਤਾ ਜਾਵੇ, FIR ਕੱਟੀ ਜਾਵੇ ਕਿ ਜਿਹੜਾ ਇਹਨਾਂ ਨੂੰ ਠੱਲ ਪਾ ਸਕੀਏ ਆਪਾਂ। ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।